ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀਆਂ ਵੱਡੀਆਂ ਖਬਰਾਂ। ਗੈਰ ਕਾਨੂੰਨੀ ਮਾਈਨ ਦੇ ਭਗਵੰਤ ਮਾਨ ਸਰਕਾਰ ਦਾ ਵੱਡਾ ਐਕਸ਼ਨ, 7 ਮੁਲਜ਼ਮ ਕੀਤੇ ਗ੍ਰਿਫਤਾਰ, ਮਸ਼ੀਨਰੀ ਕੀਤੀ ਜ਼ਬਤ। ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਸੁਣਾਏਗੀ ਵੱਡੀ ਖੁਸ਼ਖਬਰੀ, ਡੀਏ 'ਚ ਕਰ ਸਕਦੀ ਹੈ ਵੱਡਾ ਵਾਧਾ। ਭਗਵੰਤ ਮਾਨ ਸਰਕਾਰ ਨੇ 31 ਦਸੰਬਰ ਤੱਕ ਕਰਤਾ ਨਵਾਂ ਐਲਾਨ, ਪੰਜਾਬ ਦੇ ਲੋਕਾਂ ਨੂੰ ਦਿੱਤਾ 1 ਲੱਖ ਰੁਪਏ ਜਿੱਤਣ ਦਾ ਮੌਕਾ। ਸਰਕਾਰੀ ਸਕੂਲਾਂ ਦੀ ਗ੍ਰਾਂਟ ਦੇ ਗਬਨ ਮਗਰੋਂ ਸਿੱਖਿਆ ਵਿਭਾਗ ਦੀ ਵੱਡੀ ਕਾਰਵਾਈ, ਬੀਪੀਈਓ ਸਣੇ 12 ਤੇ ਕੇਸ ਕੀਤਾ ਦਰਜ। ਕਿਸਾਨਾਂ ਦੇ ਰੋਲ ਨੂੰ ਦੇਖਦਿਆਂ ਪੰਜਾਬ ਸਰਕਾਰ ਨਰਮ, ਅੱਜ ਕੈਬਨਿਟ ਸਬ ਕਮੇਟੀ ਨਾਲ ਹੋਵੇਗੀ ਮੀਟਿੰਗ। ਪੰਜਾਬ 'ਚ ਕਈ ਦਿਨ ਸੰਘਣੀ ਧੁੰਦ ਪੈਣ ਦੀ ਭਵਿੱਖਬਾਣੀ, ਮੌਸਮ ਵਿਭਾਗ ਨੇ ਅਲਰਟ ਕੀਤਾ ਜਾਰੀ। ਸੂਬੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦੇ ਖਾਤਮੇ ਲਈ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਠਾਨਕੋਟ ਜ਼ਿਲ੍ਹੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਗਤੀਵਿਧੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ ਅਤੇ 7 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਸਣੇ ਮਸ਼ੀਨਰੀ ਨੂੰ ਜ਼ਬਤ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖਣਨ ਅਤੇ ਭੂ ਵਿਗਿਆਨ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਗੈਰ ਕਾਨੂੰਨੀ ਖਣਨ ਦਾ ਪਤਾ ਲੱਗਣ ਤੇ ਤੁਰੰਤ ਕਾਰਵਾਈ ਕਰਦਿਆਂ ਖਣਨ ਅਤੇ ਭੂ ਵਿਗਿਆਨ ਵਿਭਾਗ ਨੇ ਪੁਲਿਸ ਵਿਭਾਗ ਨੂੰ ਇਸ ਮਾਮਲੇ ਵਿੱਚ FIR ਦਰਜ ਕਰਨ ਲਈ ਕਿਹਾ ਹੈ। ਉਹਨਾਂ ਨੇ ਦੱਸਿਆ ਕਿ ਵਿਭਾਗ ਅਤੇ ਪੁਲਿਸ ਦੀ ਸਫਲ ਕਾਰਵਾਈ ਤਹਿਤ 2 ਵੱਖ ਵੱਖ ਥਾਵਾਂ ਤੇ ਗੈਰ ਕਾਨੂੰਨੀ ਮਾਈਨਿੰਗ ਢੰਗ ਨਾਲ ਚੱਲ ਰਹੀਆਂ ਖਣਨ ਗਤੀਵਿਧੀਆਂ ਵਿੱਚ ਸ਼ਾਮਿਲ 7 ਵਿਅਕਤੀਆਂ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਕਰਸ਼ਿੰਗ ਲਈ ਕੱਚੇ ਮਾਲ ਨਾਲ ਲੱਦੇ 4 ਟਿੱਪਰਾਂ, 1 JCB ਮਸ਼ੀਨ ਸਮੇਤ ਬਜਰੀ ਗਟਕੇ ਨਾਲ ਲੱਦੇ ਟਰੈਕਟਰ ਟਰਾਲੀ ਨੂੰ ਜ਼ਬਤ ਕੀਤਾ ਗਿਆ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਮਾਈਨਿੰਗ ਐਂਡ ਮਿਨਰਲਸ ਐਕਟ ਦੀ ਧਾਰਾ 4121 ਅਤੇ IPC ਦੀ ਧਾਰਾ 379 ਤਹਿਤ ਥਾਣਾ ਮਾਮੂਨ ਅਤੇ ਥਾਣਾ ਨੰਗਲਪੁਰ ਵਿਖੇ 2 ਵੱਖ ਵੱਖ ਮੁਕੱਦਮੇ ਦਰਜ ਕੀਤੇ ਗਏ ਹਨ। ਚੇਤਨ ਸਿੰਘ ਜੋੜਾ ਮਾਜਰਾ ਨੇ ਦੱਸਿਆ ਕਿ ਵਿਭਾਗ ਨੇ ਗੈਰ ਕਾਨੂੰਨੀ ਮਾਈਨਿੰਗ ਵਿਰੁੱਧ ਨਾ ਕਾਬਿਲੇ ਬਰਦਾਸ਼ਤ ਨੀਤੀ ਅਪਣਾਈ ਹੈ। ਉਹਨਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਵੀ ਅਜਿਹੀਆਂ ਕਾਰਵਾਈਆਂ ਤੇਜ਼ੀ ਨਾਲ ਜਾਰੀ ਰਹਿਣਗੀਆਂ ਅਤੇ ਗੈਰ ਕਾਨੂੰਨੀ ਖਣਨ ਗਤੀਵਿਧੀਆਂ ਵਿੱਚ ਸ਼ਾਮਿਲ ਕਿਸੇ ਵੀ ਸ਼ਖਸ ਨੂੰ ਬਖਸ਼ਿਆ ਨਹੀਂ ਜਾਵੇਗਾ। ਪੰਜਾਬ ਸਰਕਾਰ ਛੇਤੀ ਹੀ ਪੰਜਾਬ ਦੇ ਮੁਲਾਜ਼ਮਾਂ ਨੂੰ ਖੁਸ਼ਖਬਰੀ ਦੇ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਲਾਜ਼ਮਾਂ ਦੇ DA ਵਿੱਚ ਵਾਧਾ ਕਰਨ ਲਈ ਸਰਕਾਰ ਨੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਇਹੀ ਨਹੀਂ ਸਗੋਂ ਸਰਕਾਰ ਮੁਲਾਜ਼ਮਾਂ ਨੂੰ DA ਦੇ ਨਾਲ ਨਾਲ ਪੇ ਕਮਿਸ਼ਨ ਦਾ ਰਹਿੰਦਾ ਬਕਾਇਆ ਦੇਣ ਲਈ ਵੀ ਤਿਆਰ ਹੈ। ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਸਰਕਾਰ ਇਸ ਹਫ਼ਤੇ ਵਿੱਚ ਹੀ ਮੁਲਾਜ਼ਮਾਂ ਦੀ ਲਮਕਦੀ ਆ ਰਹੀ ਮੰਗ ਪੂਰੀ ਕਰ ਦੇਵੇ। ਦੱਸਿਆ ਜਾ ਰਿਹਾ ਹੈ ਕਿ DA ਦੇ ਨਾਲ ਨਾਲ ਹੋਰ ਮੰਗਾਂ ਵੀ ਪੂਰੀਆਂ ਹੋ ਸਕਦੀਆਂ ਹਨ। ਇੱਥੇ ਇਹ ਵੀ ਜ਼ਿਕਰ ਹੈ ਕਿ ਮੰਤਰੀਆਂ ਦੀ ਸਬ ਕਮੇਟੀ ਵੱਲੋਂ ਮੁਲਾਜ਼ਮਾਂ ਦੀਆਂ ਵੱਖ ਵੱਖ ਯੂਨੀਅਨਾਂ ਨਾਲ 7 ਦਸੰਬਰ ਨੂੰ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ਵਿੱਚ ਮੁਲਾਜ਼ਮਾਂ ਦੀਆਂ ਬਾਕੀ ਮੰਗਾਂ ਉੱਤੇ ਵੀ ਵਿਚਾਰ ਚਰਚਾ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਦੇ ਵੱਧ ਤੋਂ ਵੱਧ ਲੋਕਾਂ ਨੂੰ ਸਿਹਤ ਬੀਮਾ ਅਧੀਨ ਕਵਰ ਕਰਨ ਲਈ ਪੰਜਾਬ ਰਾਜ ਸਿਹਤ ਏਜੰਸੀ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਯੁਸ਼ਮਾਨ ਕਾਰਡ ਬੰਪਰ ਡਰਾਅ ਨੂੰ 31 ਦਸੰਬਰ 2023 ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਜ਼ਿਕਰ ਹੈ ਕਿ 16 ਅਕਤੂਬਰ ਨੂੰ ਵਿਸ਼ੇਸ਼ ਦੀਵਾਲੀ ਬੰਪਰ ਡਰਾਅ ਲਾਂਚ ਕੀਤਾ ਗਿਆ ਸੀ, ਜਿਸ ਤਹਿਤ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਈ ਆਪਣੇ ਆਪ ਨੂੰ ਰਜਿਸਟਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ 1 ਲੱਖ ਰੁਪਏ ਤੱਕ ਦਾ ਇਨਾਮ ਜਿੱਤਣ ਦਾ ਮੌਕਾ ਮਿਲੇਗਾ। ਇਸ ਤੋਂ ਪਹਿਲਾਂ ਬੰਪਰ ਦੀ ਆਖਰੀ ਤਾਰੀਖ 3 ਨਵੰਬਰ ਸੀ, ਜਿਸ ਨੂੰ ਕਿ ਹੁਣ ਵਧਾ ਕੇ 31 ਦਸੰਬਰ ਤੱਕ ਕਰ ਦਿੱਤਾ ਗਿਆ ਹੈ। ਫਿਰੋਜ਼ਪੁਰ ਵਿੱਚ ਸਰਕਾਰੀ ਸਕੂਲ ਦੀ 1 ਕਰੋੜ 51 ਲੱਖ ਰੁਪਏ ਦੀ ਗ੍ਰਾਂਟ ਦੇ ਗਬਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਗਰੋਂ ਸਿੱਖਿਆ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਥਾਣਾ ਗੁਰੂ ਹਰਸਰਾਏ ਪੁਲਿਸ ਨੇ ਗੁਰੂ ਹਰਸਰਾਏ ਦੇ ਬਲਾਕ ਪ੍ਰਾਇਮਰੀ ਸਕੂਲ ਅਫਸਰ ਸਮੇਤ 12 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਲੇਖ ਵਿਭਾਗ ਦਾ 1 ਕਲਰਕ ਆਪਣੇ ਰਿਸ਼ਤੇਦਾਰਾਂ ਦੇ ਖਾਤਿਆਂ ਵਿੱਚ ਪੈਸੇ ਜਮ੍ਹਾਂ ਕਰਦਾ ਸੀ। ਪੁਲਿਸ ਮੁਤਾਬਿਕ ਪੰਜਾਬ ਸਰਕਾਰ ਨੇ ਗੁਰੂ ਹਰਸਰਾਏ ਬਲਾਕ ਦੇ ਸਰਕਾਰੀ ਸਕੂਲ ਦੇ ਵਿਕਾਸ ਲਈ 1 ਕਰੋੜ 51 ਲੱਖ ਰੁਪਏ ਦੀ ਗ੍ਰਾਂਟ ਭੇਜੀ ਸੀ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਲੇਖਾ ਵਿਭਾਗ ਦੇ ਕਰਮਚਾਰੀ ਸਕੂਲਾਂ ਨੂੰ ਗ੍ਰਾਂਟ ਭੇਜਣ ਦੀ ਬਜਾਏ ਆਪਣੇ ਰਿਸ਼ਤੇਦਾਰਾਂ ਦੇ ਖਾਤਿਆਂ ਵਿੱਚ ਪੈਸੇ ਜਮ੍ਹਾਂ ਕਰਵਾ ਦਿੰਦੇ ਸਨ। ਸਕੂਲਾਂ ਵਿੱਚ ਗ੍ਰਾਂਟਾਂ ਨਹੀਂ ਵੰਡੀਆਂ ਗਈਆਂ ਅਤੇ ਅਜਿਹਾ ਕਰਕੇ 1 ਕਰੋੜ 51 ਲੱਖ ਰੁਪਏ ਦਾ ਗਬਨ ਕੀਤਾ ਗਿਆ। ਪਹਿਲਾਂ ਸਿੱਖਿਆ ਵਿਭਾਗ ਨੇ ਇਸ ਮਾਮਲੇ ਵਿੱਚ ਵਿਭਾਗੀ ਕਾਰਵਾਈ ਕੀਤੀ, ਜਿਸ ਤੋਂ ਬਾਅਦ ਮਾਮਲਾ ਪੁਲਿਸ ਨੂੰ ਸੌਂਪ ਦਿੱਤਾ ਅਤੇ ਜਿਸ ਮਗਰੋਂ ਪੁਲਿਸ ਨੇ 12 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਸਰਕਾਰ ਨਰਮ ਪਈ ਹੈ। ਖੰਡ ਮਿੱਲ ਮੁਕੇਰੀਆਂ ਮੂਹਰੇ ਕੌਮੀ ਮਾਰਗ ਤੇ ਧਰਨਾ ਲਾਈ ਬੈਠੇ ਕਿਸਾਨਾਂ ਦੀ ਅੱਜ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਹੋਵੇਗੀ। ਇਸ ਭਰੋਸੇ ਮਗਰੋਂ ਕਿਸਾਨਾਂ ਨੇ ਧਰਨਾ ਚੁੱਕ ਲਿਆ ਹੈ। ਉਂਝ ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਮੰਗਾਂ ਨਾ ਮੰਨੀਆਂ ਤਾਂ ਮੁੜ ਤੋਂ ਤਿੱਖਾ ਸੰਘਰਸ਼ ਸ਼ੁਰੂ ਕਰ ਦਿੱਤਾ ਜਾਵੇਗਾ। ਹਾਸਲ ਜਾਣਕਾਰੀ ਮੁਤਾਬਿਕ ਗੰਨੇ ਦੇ ਭਾਅ ਵਿੱਚ ਵਾਧੇ ਤੇ ਨੁਕਸਾਨ, ਗੰਨੇ ਦੇ ਮੁਆਵਜ਼ੇ ਸਮੇਤ ਹੋਰ ਮੰਗਾਂ ਲਈ ਗੰਨਾ ਕਾਸ਼ਤਕਾਰਾਂ ਨੇ ਖੰਡ ਮਿੱਲ ਮੁਕੇਰੀਆ ਮੂਹਰੇ ਕੌਮੀ ਮਾਰਗ ਤੇ ਲਾਇਆ ਧਰਨਾ। ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਵੱਲੋਂ ਕੈਬਨਿਟ ਸਬ ਕਮੇਟੀ ਨਾਲ ਅੱਜ ਮੀਟਿੰਗ ਕਰਾਉਣ ਦਾ ਲਿਖਤੀ ਸੱਦਾ ਦੇਣ ਬਾਅਦ ਚੁੱਕ ਲਿਆ ਗਿਆ ਹੈ। ਪੰਜਾਬ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਧੁੰਦ ਵੱਧ ਜਾਵੇਗੀ। ਮੌਸਮ ਵਿਭਾਗ ਮੁਤਾਬਿਕ ਪੰਜਾਬ ਦੇ ਸਾਰੇ ਇਲਾਕਿਆਂ ਵਿੱਚ ਸੰਘਣੀ ਧੁੰਦ ਛਾਈ ਰਹੇਗੀ। ਵਿਭਾਗ ਮੁਤਾਬਿਕ ਅਗਲੇ ਹਫ਼ਤੇ ਤੱਕ ਧੁੰਦ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ, ਜਿਸ ਦੇ ਚੱਲਦਿਆਂ
तापमान विच होर गिरावट दर्ज की जाएगी। संघनी धुंध दे अलर्ट तो बाद ड्राइवरां नूं भी खास सावधानी वरतन की सलाह भी दी गई है। कई जिले विच अगले हफ्ते तक धुंध छाए रहन दा अंदाजा है। यही हाल गुआंढी सूबे हरियाणा दा भी है। जे तापमान की गल की जाए तो पंजाब अते हरियाणा विच कोई ज़्यादा फर्क नहीं दिखाई दिता। जिक्र करते कि पंजाब विच वध रही ठंड ते पै रही धुंध के कारण सरकार ने स्कूलों के समय विच भी बदलाव किया है। नवे समय मुताबिक सरकारी स्कूल सवेरे 9:30 ते खुलणगे अते 3:30 ते छुट्टी होवेगी। फाजिलका के विधायक नरेंद्र पाल सिंह सभना ने पिंड फतेहगढ़ लादूका ते त्रोबड़ी विखे वख वख विकास प्रोजैक्टां दे उद्घाटन किए। इस मौके उन्होंने आख्या कि मुख्यमंत्री भगवंत मान की अगवाई वाली पंजाब सरकार पिंडां दे विकास नूं विशेष तरजीह दे रही है ते विकास प्रोजैक्टां लई फंडां दी कोई घाट नहीं है। इस मौके उन्होंने पिंड दे लोकां दीआं मुश्किलां वी सुणियां ते उन्हां दे नाल वख वख विभाग दे अधिकारी हाजर सन। विधायक ने उन्हां नूं लोकां दे मसलिआं दा तुरंत निबेड़ा करन दी हिदायत कीती। उन्होंने कहा कि सूबा सरकार राज दे लोकां दी भलाई लई नित दिन नवीआं स्कीमां बणा के लागू कर रही है। उन्होंने कहा कि सूबा सरकार वल्लों मुख्यमंत्री अज माणू के ग्रीन प्लांट एनर्जी का जिहड़ा एक प्लांट लग्या होया जिहड़ा सारे मोगे जिले की जिहड़ी पराली है उहदी इत्थे मैनेजमेंट करके ते 6 मेगावाट बिजली पैदा करता जी सर। तो अज उत्थे मैं विजिट करन आया। आउणा तां इत्थे माणयोग MLA साहिब मनजीत सिंह बिलासपुर होरां ने सी, लेकिन अज माणयोग मुख्यमंत्री दिल्ली श्रीमान अरविंद केजरीवाल जी और माणयोग मुख्यमंत्री पंजाब साहब भगवंत मान जी उन्हां दी एक रैली अज गुरदासपुर रखी गई सी। तो MLA साहब उधर चले गए तो उन्हां दी हाजरी मैं इत्थे लाउण आया। तो मैनूं इह लगदा कि जिहड़ा पराली नूं अग ला के असीं पहलां तां आपदे फेफड़े खराब करदे, आपदे बच्चे मरीजां दी जिंदगी जिहड़ी मतलब बहुत खराब हुंदी आ। ते बाबे नानक तों दसे राह तों वी उलट जांदे। बाबा नानक तां कहिंदा पवन गुरु पाणी पिता माता धरती महत। तो सानू बाबे नानक दे राह ते चलण वास्ते इस तरह दे जिहड़े प्लांट आ उह होर लाउणे चाहीदे। ते मैनूं बड़ी हैरानी होई इहनां तों सुण के कि जिहड़ी साडी PSPCL है उह विंगे टेढ़े तरीके नाल इह कह रही है वी प्लांट बंद करके भज्जो। तो मैनूं बड़ा मैनूं हैरानी होई, दुख होया। सो इहदे लई मैं क्योंकि इहनां दे दो प्लांटां दा रेट चल रिहा 8.25 रुपये इसे कंपनी के। तो कहते जी इस प्लांट का असी 5.25 रुपये दे, पता नहीं की। फिर क्या मैं पता किया भी क्यों, कहते जी कोर्ट मैटर है। जो पता लगे भी कोर्ट च गया ही बिजली बोर्ड भी ती भले वह मान लो सारे देश च पराली का रौला पी जाता, साड़ी बदनामी हुई है पंजाब की, भी तुम उसे वापस लै लो। तो मैं ये गल करूंगा, मैं माननीय मुख्यमंत्री साहब नाल। सर पिछले दिन पराली नूं लैके कुछ जिमीदारां ते परचे भी होए आ, उहदे संबंधी की कहना चाहोगे सर? देखो जी गल सानूं सारिआं नूं आपदी जिम्मेवारी सौंपी है और जे असीं वातावरण ते संभाल नहीं ना करदे कि किते ना किते इह तां इत्थे दुनियावी परचे आ, उह भी गुस्से हो जूगा अपने, बाबा नानक भी गुस्से हो जूगा। सो इस करके आपां नूं अग नहीं लाउणी चाहीदी। और मैं पिछले साल भी जिन्ना किसानां ने लगभग 2,2200 दे करीब किसान सी पंजाब दे जिन्हों ने पिछले 10-10 साल तो अग नहीं लाई और उन्होंने फसल आम नालों वधिया होंदी है और चेहरे के नूर भी वखरा है। जे उन्होंने पराली तो अग लाया बिना सड़ सकता है तो आप भी ना लाइए, जरूरी परचे कराने जी। बड़ी खुशी की गल आ, एक बड़े लंबे समय तो इस इलाके की जड़ी आ लटकती मंग सी कि जड़ी बोपा राय तो लेके वाया गहरी मंडी नारायणगढ़ कोटला बथुनगढ़ बालिया मंझपुर इधर दी करके ते जड़ी GT रोड आ उत्थे जाके मिलनी सीगी। लगभग 18 किलोमीटर दी ये जड़ी रोड है ना, ये एक ते तंग बहुत सीगी, ये कदी कदी रिपेयर नहीं हुई, कदी किसी सरकार ने इस रोड वल ध्यान नहीं दिता। सो इलाके दे लोकां दी डिमांड नूं मुख रखदिआं होइआं सरदार भगवंत सिंह मान साहब नूं बेनती की गई, तो उन्होंने बड़ी फराख दिली दे नाल मतलब ये सड़क की जड़ी आ मंजूरी दिती। और ये उत्ते आ पुल जिथे असी खड़े हैं ये भी बहुत तंग पुल सीगा, 18 फुट चौड़ा है, इनू असी 18 फुट तो 27 फुट चौड़ा जड़ा है वो कर देना है एंड अगे 80 जड़ा फुट आ लंबा है, इनू 115 फुट लंबा जड़ा है वह कर देना।
इस तों इलावा ये जिहड़ी सड़क है 12 फुट जिहड़ी आ चौड़ी सीगी, इहनू सारी सड़क नूं असीं 18 फुट चौड़ी कर रहे। सो इहदे नाल साडे इलाके दे लगभग 15 पिंड जिहड़े ने ਉਹ ਸਿੱਧੇ ਤੌਰ ਤੇ ਹੀ ਇਸ ਸੜਕ ਦਾ ਤੋਂ ਫਾਇਦਾ ਹੋਣਾ ਹੈ ਔਰ ਬੜਾ ਸ਼ਾਰਟਕੱਟ ਰੂਟ ਵੀ ਜਿਹੜਾ ਆ ਉਧਰੋਂ ਪੈ ਜਾਣਾ, ਕਿਉਂਕਿ ਮਹਿਤਾ ਰੋਡ ਤੋਂ ਲੈ ਕੇ ਤੇ GT ਰੋਡ ਤੱਕ ਪਹਿਲਾਂ ਚੱਲਣ ਵਾਸਤੇ ਪਹਿਲਾਂ ਤਾਂ ਅੰਮ੍ਰਿਤਸਰ ਵਾਇਆ ਉੱਧਰ ਦੀ ਲੋਕ ਆਉਂਦੇ ਸੀਗੇ, ਹੁਣ ਸਿੱਧਾ ਹੀ ਸ਼ਾਰਟਕੱਟ 18 ਕਿਲੋਮੀਟਰ ਦੇ ਵਿੱਚ ਜਿਹੜਾ ਉਹ ਆਪਦੀ ਦੂਸਰੀ ਨੈਸ਼ਨਲ ਹਾਈਵੇ ਦੇ ਨਾਲ ਜਿਹੜਾ ਉਹ ਜੁੜ ਜਾਣਗੇ। ਲਗਭਗ 22 ਕਰੋੜ ਤੇ 69 ਲੱਖ ਰੁਪਇਆ ਜਿਹੜਾ ਆ ਇਸ ਰੋਡ ਦੇ ਉੱਤੇ ਖਰਚਾ ਹੋਣਾ ਹੈ ਤੇ ਅਸੀਂ ਲਗਭਗ ਟੈਂਡਰ ਹੋ ਗਏ ਨੇ, ਸਾਲ ਕੁ ਦੇ ਵਿੱਚ ਵਿੱਚ ਅਸੀਂ ਇਸ ਸੜਕ ਨੂੰ ਜਿਹੜਾ ਆ ਉਹ ਕੰਪਲੀਟ ਕਰ। ਅਤੇ ਜਿਵੇਂ ਇਹਦੇ ਵਿੱਚ ਵੀ 3 ਜਣਿਆਂ ਦੀ ਕਮੇਟੀ ਬਣਦੀ ਹੈ ਮੈਰੀਟੋਰੀਅਲ ਸਕੂਲ ਦੇ ਵਿੱਚ ਬੱਚਿਆਂ ਦੀ, ਉੱਥੇ ਜਿਹੜਾ ਸਟਾਫ ਹੈ ਉਹਨਾਂ ਦੀ ਅਤੇ ਕੁਛ ਬੈਸਟ, ਉਹ ਤਿੰਨੋਂ ਬੰਦੇ ਰੋਜ਼ ਦੇ ਖਾਣੇ ਦੀ ਰਿਪੋਰਟ ਬਣਦੀ ਹੈ ਅਤੇ ਸਾਡੇ ਕੋਲ ਪ੍ਰਾਵਧਾਨ ਹੈ ਕਿ ਅਗਰ ਇੱਕ ਵੀ ਦਿਨ ਖਾਣੇ ਦੇ ਵਿੱਚ ਜਾਂ ਸਾਫ਼ ਸਫਾਈ ਦੇ ਵਿੱਚ ਜਾਂ ਕੋਈ ਵੀ ਕਮੀ ਪੇਸ਼ੀ ਹੈ 10,000 ਰੁਪਇਆ ਜੁਰਮਾਨਾ ਡੇਲੀ ਲੱਗ ਸਕਦਾ ਅਤੇ ਜੇ 3 ਵਾਰੀ ਜੁਰਮਾਨਾ ਲੱਗੇ ਤਾਂ ਕੰਟਰੈਕਟ। ਪਰ ਦੇਖੋ ਇਹ ਕਮੀ ਹੋਈ ਕਿ ਕਦੀ ਉਹਨੇ ਦੱਸਿਆ ਹੀ ਨਹੀਂ ਜਦੋਂ ਤੱਕ ਮੈਂ ਉੱਥੇ ਕਹਿਣਾ ਇੰਪਲੀਮੈਂਟ ਲਈ ਅਸੀਂ ਬਦਲਾਵ ਲਿਆ। ਮੈਂ ਦੇਖੋ ਦੂਸਰੀ ਗੱਲ ਹੈ ਕਿ ਅਸੀਂ ਜਿੰਨੇ ਸਕੂਲਾਂ ਦੇ ਵਿੱਚ ਜਿੰਨਾ ਤੁਹਾਡੇ ਸਾਹਮਣੇ ਮੈਂ ਫਿਰ ਤੁਹਾਨੂੰ ਇਹ ਕਹਿੰਦਾ ਕਿ ਜੀ ਕਦੇ ਸਭ ਕੁਝ ਬਦਲਣਾ ਹੀ ਹੈ, ਇਹਨੂੰ ਟਾਈਮ ਲੱਗਣਾ, ਅਸੀਂ ਸਾਫ਼ ਨੀਅਤ ਨਾਲ ਲੱਗੇ ਹੋਏ ਹਾਂ। ਅੱਜ ਸਕੂਲਾਂ ਦੇ ਵਿੱਚ ਬਦਲਾਵ ਆ ਰਿਹਾ, ਅੱਜ ਸਕੂਲਾਂ ਦੇ ਵਿੱਚ ਮੈਂ ਤੁਹਾਨੂੰ ਲਿਸਟ ਦੇ ਸਕਦਾ ਜਿੱਥੇ ਅੱਜ ਤੱਕ ਕਦੀ 4 ਦੀਵਾਰੀ ਨਹੀਂ ਬਣੀ ਅਤੇ 4 ਦੀਵਾਰੀ ਬਣ ਰਹੀ, ਕਮਰੇ ਬਣ ਰਹੇ। ਇੱਕ ਸੈਕਿੰਡ ਇਟਸ ਅ ਲੌਂਗ ਜਰਨੀ, ਅਸੀਂ ਲੱਗੇ ਹੋਏ ਹਾਂ। ਬੱਚਿਆਂ ਦੀ ਕਿੱਦਾਂ ਹੁਣ ਹੈਲਥ ਹੈ ਜਿਹੜੀ ਸੰਗਰੂਰ ਦੇ ਵਿੱਚ ਸੀਗੇ, ਸਾਰੇ ਠੀਕ ਨੇ? ਸਾਰੇ ਬੱਚੇ ਠੀਕ ਹੈ ਜੀ। ਉਸੇ ਦਿਨ ਉਹ ਉਹਨਾਂ ਨੂੰ ਛੁੱਟੀ ਹੋ ਗਈ ਸੀ, ਮੇਰੇ ਕੱਲ੍ਹ ਵੀ ਕਈ ਬੱਚਿਆਂ ਨਾਲ ਗੱਲ ਹੋਈ ਹੈ, ਬੱਚੇ ਠੀਕ ਹੈ ਅਤੇ ਜ਼ਿਆਦਾ ਪੈਨਿਕ ਹੋ ਗਿਆ ਸੀ ਅਤੇ 3 ਦਿਨ ਦੀ ਆਪਾਂ ਛੁੱਟੀ ਕੀਤੀ ਹੈ ਉੱਥੇ। ਬੁੱਧਵਾਰ ਤੋਂ ਦੁਬਾਰਾ ਸਕੂਲ ਲੱਗੂਗਾ, ਮੈਂ ਫਿਰ ਜਾਊਂਗਾ। ਪਰ ਉੱਥੇ ਦੇ ਸਾਰੇ ਮੈਸਾਂ ਦੇ ਵਿੱਚ ਅਸੀਂ ਹੈਲਥ ਡਿਪਾਰਟਮੈਂਟ ਦੀ ਟੀਮਸ ਦੇ ਨਾਲ ਫੂਡ ਸੈਂਪਲਸ ਲੈ ਲਏ, ਉਹਦਾ ਰਿਜ਼ਲਟ 2-3 ਦਿਨ 'ਚ ਆ ਜਾਣਾ। ਪਰ ਮੇਰੀ ਪ੍ਰਿੰਸੀਪਲ ਸਾਹਿਬਾਨਾਂ ਨਾਲ, ਬੱਚਿਆਂ ਨਾਲ ਗੱਲ ਹੋਈ ਹੈ, ਹੋਰ ਸਵਾਏ ਬਠਿੰਡਾ ਇੱਕ ਕੰਪਲੇਂਟ ਹੈ, ਉਸ ਤੋਂ ਇਲਾਵਾ ਕਿਤੇ ਵੀ ਬੱਚੇ ਸੈਟਿਸਫਾਈਡ ਹੈ ਖਾਣੇ। ਪਟਿਆਲੇ ਜਿਹੜਾ ਨਾ ਮੈਰੀਟੋਰੀਅਸ ਸਕੂਲ ਹੈ ਉਹਦਾ ਜਿਹੜਾ ਹੋਸਟਲ ਹੈ ਉਹ ਸਕੂਲ ਤੋਂ 1.5 ਕਿਲੋਮੀਟਰ ਤੇ ਉਹਦਾ ਕਾਰਨ ਦੱਸ ਦਿੰਦੇ ਉਹਦਾ ਕਾਰਨ ਇਹ ਹੈ ਕਿ ਦੋਸਤ ਜਿਹੜਾ ਲੜਕੀਆਂ ਦਾ ਹੋਸਟਲ ਹੈ ਉਹ ਦੂਰ ਹੈ 1.5 ਕਿਲੋਮੀਟਰ ਜਿਹੜਾ ਹੈ ਨਾ। ਡੈਫੀਨੇਟਲੀ ਮੈਂ ਉਹ ਵੀ ਯਾਨੀ ਇਹ ਜਦੋਂ ਸਾਰੇ ਸਕੂਲਾਂ ਦੇ ਹਰ ਇੱਕ ਇਸ਼ੂ ਦੇ ਉੱਤੇ ਮੈਂ ਇੱਥੇ ਪਤਾ ਕੀਤਾ ਉਹਨੂੰ, ਅਸੀਂ ਉਹਦਾ ਕਾਰਨ ਇਹ ਹੈ ਕਿ ਜਦੋਂ ਬੱਚੇ ਦੁਪਹਿਰ ਦਾ ਖਾਣਾ ਜੇ ਖਾਣਗੇ ਉਹ ਸਕੂਲ 'ਚ ਹੀ ਖਾਣਗੇ ਤਾਂ ਉਹ ਸਕੂਲ ਦੀ ਮੈਸ ਉੱਥੇ ਹੈ ਅਤੇ ਰਾਤ ਨੂੰ ਹੋਸਟਲ 'ਚ ਜਾਣਗੇ। ਇਸ ਕਰਕੇ ਉਹਨਾਂ ਨੂੰ ਸਾਰਾ ਕੁਛ ਮੁਹੱਈਆ, ਉੱਥੋਂ ਖਾਣਾ ਉੱਥੇ ਬਣਦਾ ਮੈਸ 'ਚ, ਉਹਨਾਂ ਨੂੰ ਇੱਥੇ ਆਉਣ ਨਹੀਂ ਪੈਂਦਾ, ਖਾਣਾ ਉੱਥੇ ਜਾਂਦਾ ਰਾਤ ਨੂੰ। ਮੈਸ ਦੀ ਗੱਲ ਕਰ ਰਹੇ ਹੋ, ਮੈਸ ਦੇ ਵਿੱਚ ਨਾ ਪਹਿਲਾਂ ਜਦੋਂ ਪਹਿਲਾਂ ਸੀਗਾ ਉਹਦਾ ਮੀਲ ਦਾ ਜਿਹੜਾ ਰੇਟ ਵੀ ਵੱਧ ਸੀਗਾ, ਉੱਥੇ ਮਤਲਬ ਹਰੇਕ ਚੀਜ਼ ਮਿਲਦੀ ਸੀ, ਅੰਡਾ, ਚਿਕਨ, ਫਿਰ ਉਹ ਜ਼ਿਆਦਾ ਹੁਣ ਮੈਰੀਟੋਰੀਅਸ ਸਕੂਲ ਸੀ ਜਿਹੜਾ 200 ਰੁਪਏ ਰੇਟ ਸੀ ਸਰ, ਪਹਿਲਾਂ ਜਦੋਂ ਸ਼ੁਰੂ ਹੋਇਆ ਨਾ ਮੈਰੀ ਸਕੂਲ, ਅੱਜ 70 ਰੁਪਏ ਰੇਟ ਹੈ। ਮੇਰੀ ਬੇਨਤੀ ਸੁਣੋ ਜੀ, ਮੈਂ ਪਰਸੋਂ ਵੀ ਇਹ ਗੱਲ ਬੋਲੀ ਆ, ਦੇਖੋ ਇਹ ਟੈਂਡਰ ਸਕੀਮ ਹੈ ਜਿਹਦੇ ਵਿੱਚ ਇੱਕ ਬਹੁਤ ਵੱਡਾ ਫਲੋ ਮੈਨੂੰ ਵੀ ਲੱਗਿਆ, ਹੁਣ 79 ਰੁਪਏ ਹੈ ਜਿਹੜਾ ਉਹਦੇ ਵਿੱਚ, ਇਹਨੀ ਇਸ ਵਾਰ ਤੋਂ ਜੋ ਟੈਂਡਰ ਪਾਇਆ ਹੈ ਨਾ ਜੀ। ਦੇਖੋ ਇਹ ਵਾਕਈ ਬਹੁਤ, ਤੁਸੀਂ ਜੋ ਗੱਲ ਕਰ ਰਹੇ ਹੋ ਸਹੀ ਹੈ, ਜਿਹੜੇ ਤੁਹਾਨੂੰ ਟੈਂਡਰ ਡਾਕੂਮੈਂਟ ਅਸੀਂ ਹਰ ਤਰ੍ਹਾਂ ਦੀ ਸ਼ਰਤਾਂ ਲਾਈਆਂ, ਮੈਨਿਊ ਇਹ ਉਹ ਸਭ ਕੁਛ, ਪਰ ਜਦੋਂ ਤੁਸੀਂ ਉਹਦੇ ਵਿੱਚ ਹੁਣ ਟੈਂਡਰ ਪ੍ਰੋਸੈਸ ਕੀ ਹੈ ਸਰਕਾਰ ਦਾ ਕਿ ਵੀ ਜਿਹੜਾ ਘੱਟ ਪਾ ਗਿਆ ਉਹਨੂੰ ਟੈਂਡਰ ਦੇ ਰਹੇ ਨੇ, ਤਾਂ ਅਸੀਂ ਇਸ ਨੂੰ ਚੇਂਜ ਕਰ ਰਹੇ ਹਾਂ ਤਾਂ ਕਿ ਇਟ ਸ਼ੁੱਡ ਨਾਟ ਬੀ ਪ੍ਰਾਈਸ ਬੇਸਡ, ਇਟ ਸ਼ੁੱਡ ਬੀ ਕੁਆਲਿਟੀ ਬੇਸਡ, ਵੀ ਚਾਹੇ 10 ਰੁਪਏ ਵੱਧ ਦੇਣੇ ਪੈ ਜਾਣ ਕੋਈ ਇਸ਼ੂ ਨਹੀਂ, ਪਰ ਇਹ ਤਾਂ ਜਿਵੇਂ ਦੂਜਾ ਕੰਮ ਨਹੀਂ ਕਿ ਬਿਲਡਿੰਗ ਬਣਾਉਣੀ ਜਿਹੜਾ ਸਸਤਾ ਪਾਊਗਾ ਉਹ, ਪਰ ਇਹ ਖਾਣ ਦਾ ਮਸਲਾ ਹੈ। ਓਬਵੀਅਸਲੀ ਜਿਵੇਂ ਤੁਸੀਂ ਸਹੀ ਗੱਲ ਕਹਿ ਰਹੇ ਹੋ, ਜੇ ਬੰਦਾ ਰੇਟ ਘਟਾਊਗਾ ਤਾਂ ਉਹ ਕੁਆਲਿਟੀ ਫੂਡ ਸ਼ੋਰਟੇਜ ਕਰੂਗਾ, ਕੁਆਲਿਟੀ ਕੰਪਰੋਮਾਈਜ਼ ਕਰੂਗਾ। ਜਿਵੇਂ ਅਸੀਂ ਮੈਂ ਬਠਿੰਡੇ 'ਚ ਪ੍ਰੋਬਲਮ, ਉੱਥੇ ਲੇਬਰ ਜਿਹੜੀ ਉਹ ਸਕਿੱਲਡ ਨਹੀਂ ਹੈ, ਯਾਨੀ ਜਿਹੜਾ ਕੁੱਕ ਹੈ ਹੀ ਨਹੀਂ ਉਹਨੂੰ ਦੂਜੇ ਕਿਸੇ ਬੰਦੇ ਨੂੰ ਦਿਹਾੜੀ 'ਤੇ ਰੱਖਿਆ ਹੋਇਆ। ਹੁਣ ਇਹਦਾ ਮਤਲਬ ਇਹ ਹੈ ਤੁਹਾਨੂੰ ਹਲਵਾਈ ਚਾਹੀਦੇ ਆ, ਕੁੱਕ ਹੀ ਚਾਹੀਦੇ, ਤਾਂ ਹੀ ਕੁਆਲਿਟੀ ਆਊਗੀ, ਸਾਫ਼ ਸੁਥਰੇ ਹੋਣਗੇ। ਇਹਨਾਂ ਚੀਜ਼ਾਂ ਨੂੰ ਅਸੀਂ ਚੇਂਜ ਕਰ ਰਹੇ ਹਾਂ। ਖਾਲੀ ਹੁਣ ਕਾਲਜ ਜਿਹੜੇ ਹੈਗੇ ਪੰਜਾਬ ਦੇ ਜਾਂ ਸਕੂਲ ਆ ਸਰਕਾਰੀ, ਉਹਨਾਂ ਦੇ ਵਿੱਚ ਕੰਟੀਨ ਦੇ ਵਿੱਚ ਕੋਈ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਕ੍ਰਾਈਟੀਰੀਆ ਲੱਗਦਾ ਨਹੀਂ? ਅਸੀਂ ਉਹਦੇ ਵਿੱਚ ਦੇਖੋ ਜੀ, ਕ੍ਰਾਈਟੀਰੀਆ ਪਹਿਲਾਂ ਵੀ ਹੈ, ਦੇਖੋ ਕਾਗਜ਼ਾਂ ਦੇ ਜਦੋਂ ਅਸੀਂ ਮੈਂ ਐਗਰੀਮੈਂਟ ਪੜ੍ਹਿਆ ਸਾਰਾ ਕੁਛ ਸ਼ਰਤਾਂ ਹੈ। ਗੱਲ ਹੈ ਕਿ ਉਹਨੂੰ ਇੰਪਲੀਮੈਂਟ ਕਰਨ ਦੇ ਲਈ ਅਸੀਂ ਹੁਣ ਜਿਵੇਂ ਚੈੱਕਅਪਸ ਜ਼ਿਆਦਾ, ਅਤੇ ਜਿਵੇਂ ਇਹਦੇ ਵਿੱਚ ਵੀ 3 ਜਣਿਆਂ ਦੀ ਕਮੇਟੀ ਬਣਦੀ ਹੈ ਮੈਰੀਟੋਰੀਅਲ ਸਕੂਲ ਦੇ ਵਿੱਚ ਬੱਚਿਆਂ ਦੀ, ਉੱਥੇ ਜਿਹੜਾ ਸਟਾਫ ਹੈ ਉਹਨਾਂ ਦੀ, ਅਤੇ ਕੁਛ ਬੈਸਟ, ਉਹ ਤਿੰਨੋਂ ਬੰਦੇ ਰੋਜ਼ ਦੇ ਖਾਣੇ ਦੀ ਰਿਪੋਰਟ ਬਣਦੀ ਹੈ ਅਤੇ ਸਾਡੇ ਕੋਲ ਪ੍ਰਾਵਧਾਨ ਹੈ ਕਿ ਅਗਰ ਇੱਕ ਵੀ ਦਿਨ ਖਾਣੇ ਦੇ ਵਿੱਚ ਜਾਂ ਸਾਫ਼ ਸਫਾਈ ਦੇ ਵਿੱਚ ਜਾਂ ਕੋਈ ਵੀ ਕਮੀ ਪੇਸ਼ੀ ਹੈ 10,000 ਰੁਪਇਆ ਜੁਰਮਾਨਾ ਡੇਲੀ ਲੱਗ ਸਕਦਾ, ਅਤੇ ਜੇ 3 ਵਾਰੀ ਜੁਰਮਾਨਾ ਲੱਗੇ ਤਾਂ ਕੰਟਰੈਕਟ। ਪਰ ਦੇਖੋ ਇਹ ਕਮੀ ਹੋਈ ਕਿ ਕਦੀ ਉਹਨੇ ਦੱਸਿਆ ਹੀ ਨਹੀਂ। ਤੁਸੀਂ ਦੇਖੋ ਜਿਹੜੇ ਹੋਸਪਿਟਲ ਆ ਉਹਨਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ, ਬਹੁਤ ਸਾਰੇ ਨਵੇਂ ਹੋਸਪਿਟਲ ਬਣਨ ਜਾ ਰਹੇ ਆ, ਔਰ ਜਿਵੇਂ ਮੈਡੀਸਨ ਖਰੀਦਣੀਆਂ, ਸਾਨੂੰ ਸੀ ਐੱਮ ਸਾਹਿਬ ਨੇ ਸਾਨੂੰ ਬਜਟ ਦੇ ਦਿੱਤਾ, ਉਹਦੀ ਹੁਣ ਜਿਹੜੀ ਅੱਗੇ ਟੈਂਡਰਿੰਗ ਪ੍ਰੋਸੈਸ ਚੱਲਦੀ ਪਈ ਆ, ਦਵਾਈਆਂ ਖਰੀਦੀਆਂ ਜਾਣਗੀਆਂ, ਇਕੁਪਮੈਂਟ ਖਰੀਦੀ ਜਾ ਰਹੀ ਆ,
और बिल्डिंग्स के भी जो कॉन्ट्रैक्ट है बहुत सारे बिल्डिंग्स थोड़े मेडिकल कॉलेज के बहुत सारिया बिल्डिंग्स बन रही है। बच्चों के बहुत सारिया जिस तरह मॉडर्न सोसायटी है जो मोबाइल यूज हो गया जां बच्चों के कोई सपोज किसी बच्चे वो हार्ट के छेक हैगा जी उन्होंने पता नहीं लग्या बाई द टाइम तुम डिस्कवर करोगे बच्चे की निगाह घट है 10 साल तो बाद इलाज नहीं होंगे जी यही हार्ट का होंगे हार्ट की हाइपरट्रॉफी हो गई। सो बच्चों के जोड़ा है उन्होंने एक तो है कि उन्होंने जोड़े मापदंड आप देखने कि बच्चे की ग्रोथ ठीक हो रही है बच्चे का बिहेवियर ठीक है बच्चा पढ़ रहा है और वो हैल्थ के कोई हैल्थ रिलेटड कोई इशू नहीं है। सो ये सारे लैके जो टीचर्स की ट्रेनिंग असं कर रहे हैं हर स्कूल के दो एक मेल एक फीमेल इस तरह जोड़े बच्चे है जो मतलब टीचर साढ़े जोड़े ब्रांड एंबैसडर हो गए और जोड़े बच्चे है वो भी हर क्लास के मेल फीमेल और उन्होंने एक घंटा जोड़ा है हर हफ्ते के घट्टो घट्ट एक घंटा और जे हो सके तो वह वध जो उन्होंने हैल्थ न रिलेटड कोई एक टॉपिक लैके चाहे वह जेंडर इक्वालिटी होवे रिप्रोडक्टिव हैल्थ होवे बहुत सारे इस तरह के जोड़े अलग अलग जोड़े विषय रखे वे डिस्कशन भी होएगी और बच्चों की फीडबैक भी ली जाएगी ताकि बच्चों के कोई किसी किस्म का जो कोई रुझान होएगा कोई नशे की प्रॉब्लम है कोई हैल्थ रिलेटड इशू है कोई सोशल या होर कोई जो कोई इशू है वो सानू पता लगन गए साडे मुख्यमंत्री साहब दी प्रायोरिटीज हैगियां हैल्थ एंड एजुकेशन एंड इंप्लॉयमेंट जनरेशन उहदे वास्ते बच्चे साडे वास्ते बहुत इंपोर्टेंट है इस करके साडा जॉइंट वेंचर है जी एजुकेशन डिपार्टमेंट दे नाल बाकी ओवर टू हरजोत जी। अच्छा पांच पांच सर पांच जिले दे विच एमसीयू चोणां लैके हुण विरोधी वी सवाल चुकण लग गए ने कद तक होणगीआं क्योंकि बहुत बेसब्री इंतजार कर रहे हैं लोग भी ते आपकर भी देखो विरोधियों दा काम है जी सवाल चुकणे इलैक्शन कमीशन जिहड़ा इलैक्शन कमीशन हुंदा उहने इलैक्शन कराणी हुंदी आ गवर्नमेंट ने जो इलैक्शन कमीशन कहता गवर्नमेंट सारा कुछ कर रही है वो इलैक्शन कमीशन की एक प्रोसैस है जी सारी चलती पी है वह इलैक्शन कमीशन जो स्टेट इलैक्शन कमीशन है स्टेट इलैक्शन कमीशन डिसाइड करेगा जी मैं आई विल नॉट डिसाइड। सेहतमंद पंजाब का आगाज होया एक कहते हैं भी दूजा पार्ट का भी आगाज होगा क्योंकि सरकार जी सेहत लैके सहूलतों लैके बनी हाँ बिल्कुल होया जी वो तुम देखो जो हॉस्पिटल है उन्होंने अपग्रेड किया जा रहा बहुत सारे नवे हॉस्पिटल बनन जा रहे हैं और जिमें मेडिसिन खरीदनी सू सी एम साहब ने सू बजट देता वो हूँ जी अगे टेंडरिंग प्रोसैस चलती पी है दवाइया खरीदिया जाएगियाँ इक्विपमेंट खरीदी जा रही है और बिल्डिंग्स के भी जो कॉन्ट्रैक्ट है बहुत सारिया बिल्डिंग्स थोड़े मेडिकल कॉलेज के बहुत सारिया बिल्डिंग्स बन रही है।